अज का दिन बड़ा मैं करम वाला कहना है। बाबा राजा राज सिंह जी ते बाबा चढ़ सिंह जी सारिया फौजा च साडे इस गरीब घर के घर पहुंचे ने। धन्यवाद करते हैं बाबा जी का कि अज पहुंचे ने। सू पता ही है कि बाबा जी का सारे जथे का जे असी गल करिए किसानी अंदोलन की वैसे तो पंजाब नूं बहुत वड्डी देण है, पर जो सांझ पई है बाबा जी ने, बाबा जी का सांझ उदो पई है जो वाहिगुरू जी का खालसा वाहिगुरू जी फतेह। अज का दिन बड़ा मैं करम वाला गिनदा है। बाबा राजा राज सिंह जी ते बाबा चढ़ सिंह जी सारिया फौजा अज साडे इस गरीब घर के घर पहुंचे ने। धन्यवाद करते हैं बाबा जी का कि अज पहुंचे ने। सू पता ही है कि बाबा जी का सारे जथे का जे असी गल करिए किसानी अंदोलन की वैसे तो पंजाब नूं बहुत वड्डी देण है, पर जो सांझ पई है बाबा जी ने, बाबा जी का सांझ उदो पई है जो किसानी अंदोलन चलता सीगा। बहुत वड्डी बाबा जी देण रही है। बाबा जी ने उदो अहिजा प्यार बनिया कि बाबा जी नूं मन के जब फोन ते गल्लां किते भी मिलदे बड़ा चंगा लगता, बाबा जी नाल इन्ना प्रेम प्यार बन गया। पर बाबा जी कहिंदे भी कल जन्मदिन ते नहीं आ गया ते अज बाबा जी पहुंचे ने। बाबा जी का पहुंचने बहुत बहुत धन्यवाद करते हैं। बाबा जी ने फोन ते भी कहा भी जिहड़ा दो तीन बारी पहला कहा भी जिहड़ा दरख्त वाला काम कर रहे हैं भाना साहब बहुत चंगा कर रहे हैं। बाबा जी कुछ दो शब्द दसो जी कुछ समाज लई ते। ਵਾਹਿਗੁਰੂ ਜੀ ਕਾ ਖਾਲਸਾ। ਅੱਜ ਸ਼੍ਰੋਮਣੀ ਪੰਥ ਅਕਾਲੀ ਤਰਨਾਂ ਦਾ ਆਰਮਾ ਕਰਵਾ ਮਿਸਲ ਦੇ ਸਿੰਘ ਸਾਹਿਬ ਬਾਬਾ ਚੜ੍ਹ ਸਿੰਘ ਜੀ ਦਾਸ ਨਾਲੀਆਂ ਸਾਰੀਆਂ ਫੌਜਾਂ ਦੇ ਨਾਲ ਪਿੰਡ ਕੋਟ ਦੁੰਨੇ ਭਾਨੇ ਸਿੱਧੂ ਦੇ ਘਰ ਗ੍ਰਹਿ ਪਹੁੰਚੇ ਹੋਏ ਹਾਂ ਅਤੇ ਕੱਲ੍ਹ ਇਹਦਾ ਜਨਮਦਿਨ ਸੀ। ਇਹਨੂੰ ਮੁਬਾਰਕਾਂ ਵੀ ਦਿੰਦੇ ਹਾਂ ਸਤਿਗੁਰੂ ਕਿਰਪਾ ਕਰਨ ਚੜ੍ਹਦੀ ਕਲਾ ਬਖਸ਼ ਕਰਨ ਆਉਣ ਵਾਲੇ ਸਮੇਂ ਦੇ ਵਿੱਚ ਇਹਨੂੰ ਤਰੱਕੀਆਂ ਬਖਸ਼ ਕਰਨ। ਨਾਲ ਹੀ ਸਾਡਾ ਛੋਟਾ ਵੀਰ ਭਾਨਾ ਪਕੌੜਾ ਵੀ ਨਾਲ ਹੀ ਹੈ, ਇਹਦਾ ਵੀ ਧੰਨਵਾਦ ਆ। ਇੱਧਰ ਵੀਰ ਜੀ ਬੈਠੇ ਨੇ ਜਿਹੜੇ ਰੋਲ ਕਰਦੇ ਨੇ ਬੀਬੇ ਭੂਆ ਦਾ, ਇਹਨਾਂ ਦਾ ਵੀ ਅਤੇ ਬਹੁਤ ਮਨ ਖੁਸ਼ ਹੋਇਆ। ਅਤੇ ਜਿਹੜੀ ਇਹ ਗੱਲ ਕਰ ਰਹੇ ਨੇ ਮੈਸੇਜ, ਜਦੋਂ ਕੋਈ ਇਹ ਫਿਲਮ ਬਣਾਉਂਦੇ ਨੇ ਛੋਟੀ ਕਮੇਡੀ ਜਾਂ ਹੋਰ, ਉਹਦੇ ਵਿੱਚ ਮੈਸੇਜ ਛੱਡਦੇ ਨੇ ਵੀ ਕੋਈ ਸੇਧ ਮਿਲੇ ਉਹਦੇ, ਜਿੱਥੇ ਹਾਸਾ ਵੀ ਇਹ ਮਨ ਖੁਸ਼ ਕਰਨ ਦੀਆਂ ਗੱਲਾਂ ਕਰਦੇ ਨੇ ਉੱਥੇ ਮੈਸੇਜ ਵੀ ਦਿੰਦੇ ਨੇ, ਬਹੁਤ ਵਧੀਆ ਕਰਦੇ ਨੇ। ਅਤੇ ਇੱਕ ਇਹਨਾਂ ਨੇ ਜਿਹੜਾ ਕੰਮ ਸ਼ੁਰੂ ਕੀਤਾ ਦਰਖਤ ਲਾਉਣ ਦਾ, ਅੱਜ ਪੰਜਾਬ ਦੇ ਵਿੱਚ ਦਰਖਤਾਂ ਦੀ ਬਹੁਤ ਘਾਟ ਆ। ਸਾਨੂੰ ਹਰੇਕ ਪਿੰਡ ਦੇ ਵਿੱਚ ਜਿਵੇਂ ਭਾਨੇ ਸਿੱਧੂ ਨੇ ਆਪਣੇ ਪਿੰਡ ਕੋਟਦੁੰਨੇ ਦੇ ਵਿੱਚ 2 ਕਿੱਲੇ ਦਰਖਤ ਲਾਏ ਨੇ, ਅਸੀਂ ਕਹਿੰਦੇ ਵੀ ਸਾਰੇ ਨਗਰਾਂ ਦੇ ਵਿੱਚ ਹਰੇਕ ਪੰਚਾਇਤੀ ਜ਼ਮੀਨ ਦੇ ਵਿੱਚ ਦਰਖਤ ਘੱਟੋ ਘੱਟ ਲਾਉਣੇ ਚਾਹੀਦੇ ਨੇ ਤਾਂ ਕਿ ਜਿਹੜੀਆਂ ਬਰਸਾਤਾਂ ਨੇ ਤਾਂ ਹੀ ਉਹ ਜਿੱਥੇ ਹਰਿਆਵਲ ਹੋਊਗੀ ਜਿੱਥੇ ਦਰਖਤ ਹੋਣਗੇ ਉੱਥੇ ਆਕਸੀਜਨ ਵੀ ਹੋਊਗੀ, ਉੱਥੇ ਬਰਸਾਤ ਵੀ ਜ਼ਿਆਦਾ ਪਊਗੀ ਅਤੇ ਪਾਣੀ ਦੀ ਬੱਚਤ ਵੀ ਰਹਿੰਦੀ ਆ ਅਤੇ ਆਕਸੀਜਨ ਵੀ ਉੱਥੇ ਕੰਮ ਨਹੀਂ ਹੁੰਦੀ। ਜੋ ਦਰਖਤ ਖਤਮ ਹੋ ਗਏ ਆਕਸੀਜਨ ਵੀ ਖਤਮ ਹੋ ਗਏ ਫਿਰ ਬਿਮਾਰੀਆਂ ਫੈਲਦੀਆਂ ਨੇ। ਇਸ ਕਰਕੇ ਹਰੇਕ ਨਗਰ ਦੇ ਵਿੱਚ ਜਿਹੜਾ ਇਹ ਕੰਮ ਚਲਾਇਆ ਇਹਨਾਂ ਨੇ ਵੀ ਦਰਖਤ ਲਾਉਣ ਦਾ, ਅਸੀਂ ਉਹਨਾਂ ਦਾ ਵੀ ਇਹਨਾਂ ਧੰਨਵਾਦ ਕਰਦੇ ਹਾਂ। ਉਹ ਹਰੇਕ ਨਗਰ ਦੇ ਵਿੱਚ ਵੱਧ ਤੋਂ ਵੱਧ ਦਰਖਤ ਲਾਉਣੇ ਚਾਹੀਦੇ ਨੇ ਤਾਂ ਕਿ ਆਉਣ ਵਾਲੇ ਸਮੇਂ ਦੇ ਵਿੱਚ ਪਾਣੀ ਦੀ ਬੱਚਤ ਅਤੇ ਜਿਹੜਾ ਬਿਮਾਰੀਆਂ ਤੋਂ ਅਸੀਂ ਦੂਰ ਰਹਿ ਸਕੀਏ, ਆਕਸੀਜਨ ਮਿਲ ਸਕੇ ਅਤੇ ਸਾਡੇ ਪੰਜਾਬ ਦੇ ਵਿੱਚ ਬਾਰਿਸ਼ ਵੀ ਵੱਧ ਤੋਂ ਵੱਧ ਹੋਵੇ, ਕਿਉਂਕਿ ਪਾਣੀ ਦਾ ਜਿਹੜਾ ਰਸਾਤਲਾ ਥੱਲੇ ਜਾ ਰਿਹਾ ਡੂੰਘਾ ਚੱਲਿਆ ਗਿਆ, ਆਉਣ ਵਾਲੇ ਸਮੇਂ ਦੇ ਵਿੱਚ ਪਾਣੀ ਦਾ ਸੰਕਟ ਬਣ ਸਕਦਾ। ਇਸ ਕਰਕੇ ਸਾਰਿਆਂ ਨੂੰ ਜਿਹੜੇ ਇਹ ਉਪਰਾਲੇ ਨੇ ਰੋਕਣ ਵਾਸਤੇ ਸਾਨੂੰ ਉਪਾਅ ਕਰਨੇ ਚਾਹੀਦੇ, ਹੁਣ ਤੋਂ ਹੀ ਕਮਰ ਕਸੇ ਕਸ ਲੈਣੇ ਚਾਹੀਦੇ ਨੇ, ਘਰ ਘਰ ਦਰਖਤ ਹਰੇਕ ਬੰਦਾ ਲਾਵੇ, ਘੱਟ ਤੋਂ ਘੱਟ ਜਿਹੜਾ ਇੱਕ ਮਨੁੱਖ ਆ ਚਾਹੇ ਉਹ ਬੀਬੀ ਆ ਚਾਹੇ ਸਿੰਘ ਆ, ਹਰੇਕ ਇੱਕ ਇੱਕ ਦੋ ਦੋ ਦਰਖਤ ਲਾਵੇ ਅਤੇ ਨਾਲ ਉਹਦਾ ਪਾਲਣ ਪੋਸ਼ਣ ਵੀ ਕਰੇ, ਉਹਨੂੰ ਪਾਣੀ ਵੀ ਦੇਵੇ, ਫਿਰ ਹੀ ਗੱਲ ਬਣਦੀ ਹੈ, ਇਕੱਲੇ ਲਾ ਕੇ ਨਾ ਉਹ ਸੁੱਕ ਜਾਣ। ਇਸ ਕਰਕੇ ਧੰਨਵਾਦ ਸਾਰਿਆਂ ਦਾ। ਤੇ ਵੀਡੀਓ ਆ ਬੜਾ ਸੇਵ ਕਰ ਦਿੰਦਾ ਤੇ ਆਪਣਾ ਬਾਬਾ ਜੀ, ਬਾਬਾ ਜੀ ਵੀਡੀਓ ਫਿਰ ਦੇਖਦੇ ਹੁੰਦੇ ਸਾਰੇ, ਠੀਕ ਜਦਾ ਸਾਰਾ ਠੀਕ ਲੱਗਦੀ ਨੇ ਜੀ, ਵਧੀਆ ਤੁਹਾਡੇ ਮੈਸੇਜ ਹੁੰਦੇ ਨੇ। ਚਲੋ ਮਹਾਰਾਜ ਕਿਰਪਾ ਕਰਨ ਤੁਹਾਨੂੰ ਤੁਹਾਡੀ ਜੋੜੀ ਚੜ੍ਹਦੀ ਕਲਾ ਕਰ ਜੇ ਗਲਾ ਬਖਸ਼ ਤੇ ਆਉਣ ਵਾਲੇ ਸਮੇਂ ਦੇ ਵਿੱਚ ਅਸੀਂ ਕਹਿੰਦੇ ਹਾਂ ਜੀ। ਉਸਤਾਦ ਜੀ ਤੁਸੀਂ ਕੁਝ ਕਹਿਣਾ ਚਾਹੁੰਦੇ ਮੜਾ? ਬਿਲਕੁਲ ਜੀ, ਮੈਂ ਤਾਂ ਸੁਣਾ ਦੇ ਪ੍ਰਿਆਸੇ ਖੜਾ ਹੋ, ਮੈਂ ਇਹ ਗੱਲ ਕਹਿਣਾ ਵੀ ਅੱਜ ਕਰਮ ਵਾਲਾ ਦਿਨ ਚੜਿਆ ਵੀ ਅੱਜ ਦਰਸ਼ਨ ਹੋਏ ਤੇ ਸ਼ਬਦ ਨਹੀਂ ਕੋਈ, ਬਹੁਤ ਮਾਨ ਖੁਸ਼ ਹੈ, ਬਹੁਤ ਇਹ ਵੀ ਬਹੁਤ ਕਹਿੰਦੇ ਹੁੰਦੇ ਜੀ ਬਾਬਾ ਜੀ। ਹਾਂਜੀ, ਬਹੁਤ ਤਮੰਨਾ ਸੀਗੀ ਦਰਸ਼ਨ ਕਰਨ ਦੀ, ਸੋ ਅੱਜ ਕਰਮ ਵਾਲਾ ਦਿਨ ਚੜਿਆ ਤੇ ਬਹੁਤ ਖੁਸ਼ੀ ਹੈ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।